ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਤੁਹਾਡਾ ਸਾਰਿਆਂ ਦਾ ਪੰਜਾਬੀ ਕੁਕਿੰਗ ਚੈਨਲ ਦੇ ਵਿੱਚ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਰਦੀ ਦੀ ਸਪੈਸ਼ਲ ਸਬਜ਼ੀ ਬਣਾ ਕੇ ਤਿਆਰ ਕਰਾਂਗੇ। ਅੱਜ ਆਪਾਂ ਮੇਥੀ ਮਟਰ ਮਲਾਈ ਬਣਾਵਾਂਗੇ। ਮੇਥੀ ਮਟਰ ਮਲਾਈ ਬਹੁਤ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਆ। ਇਹਨੂੰ ਆਪਾਂ ਢਾਬਾ ਸਟਾਈਲ ਬਣਾ ਕੇ ਤਿਆਰ ਕਰਾਂਗੇ। ਮੇਥੀ ਆਪਾਂ ਅੱਧਾ ਕਿਲੋ ਲਈ ਸੀ। ਇਹਦੀਆਂ ਮੋਟੀਆਂ ਡੰਡੀਆਂ ਆਪਾਂ ਉਤਾਰਤੀਆਂ ਅਤੇ ਬਰੀਕ ਬਰੀਕ ਡੰਡੀਆਂ ਨਾਲ ਰੱਖੀਆਂ ਆ। ਚੰਗੇ ਤਰੀਕੇ ਦੇ ਨਾਲ ਧੋ ਕੇ ਇਹਦਾ ਪਾਣੀ ਸੁਕਾ ਕੇ ਫਿਰ ਇਹਨੂੰ ਚੀਰਨਾ ਆ। ਸਾਰੀ ਮੇਥੀ ਆਪਾਂ ਚੀਰ ਕੇ ਤਿਆਰ ਕਰ ਲਈ। ਮੇਥੀ ਦੇਖੋ ਆਪਾਂ ਥੋੜ੍ਹੀ ਜਿਹੀ ਇਹਦਾ ਮੋਟੀ ਮੋਟੀ ਉਚੀਰੀ ਆ, ਕਿਉਂਕਿ ਅਸੀਂ ਇਹਨੂੰ ਭੁੰਨ ਕੇ ਤਿਆਰ ਕਰਨਾ ਆ। ਜਦੋਂ ਆਪਾਂ ਇਹਨੂੰ ਭੁੰਨਾਂਗੇ ਇਹਨੇ ਇੱਕਦਮ ਸੁੰਗੜ ਜਾਣਾ ਆ। ਜੇ ਮੋਟੇ ਵੀ ਹੋਵੇ ਤਾਂ ਵੀ ਕੋਈ ਗੱਲ ਨਹੀਂ। ਫਰਾਈ ਪੈਨ ਦੇ ਵਿੱਚ ਪਾ ਦਾਂਗੇ ਇੱਕ ਚਮਚਾ ਤੇਲ ਦਾ। ਤੇਲ ਹੋ ਗਿਆ ਗਰਮ। ਇੱਕ ਆਪਾਂ ਇਹਦੇ ਵਿੱਚ ਪਾਵਾਂਗੇ ਮੋਟੀ ਇਲਾਇਚੀ। ਇਹਦੇ ਦਾਣੇ ਪਹਿਲਾਂ ਆਪਾਂ ਕੱਟ ਲੈਣੇ ਆ। ਇਲਾਇਚੀ ਨੂੰ ਫਿਰ ਪਾਉਣਾ ਆ। ਇੱਕ ਟੁਕੜਾ ਦਾਲਚੀਨੀ ਦਾ, ਦੋ ਪਾ ਦਾਂਗੇ ਲੌਂਗ ਮਿਲਾ ਦਾ। ਮੋਟੀ ਇਲਾਇਚੀ ਦਾ ਸਵਾਦ ਮੇਥੀ ਮਲਾਈ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਆਉਂਦਾ ਆ। ਤੁਸੀਂ ਜਦੋਂ ਪਾਣੀ ਆ ਤਾਂ ਦਾਣੇ ਕੱਢ ਕੇ ਫਿਰ ਪਾਣੀ ਆ। ਦੋ ਪਿਆਜ਼ ਲਏ ਆ, ਪਿਆਜ਼ ਪਾ ਪਿਆਜ਼ਾਂ ਨੂੰ ਮਿਲਾ ਕੇ ਹੁਣ ਇਹ ਪਾ ਲੈਣੀਆਂ 8-10 ਕਲੀਆਂ ਲਸਣ ਦੀਆਂ, 1 ਇੰਚ ਅਦਰਕ ਦਾ ਟੁਕੜਾ। ਪਿਆਜ਼ਾਂ ਨੂੰ ਹੁਣ ਆਪਾਂ 6 ਤੋਂ 7 ਮਿੰਟ ਤੱਕ ਪਕਾਉਣਾ ਹੈ। ਪਿਆਜ਼ਾਂ ਨੂੰ ਚੰਗੇ ਤਰੀਕੇ ਦੇ ਨਾਲ ਭੁੰਨ ਲਿਆ, ਪਿਆਜ਼ ਦਾ ਰੰਗ ਬਦਲ ਗਿਆ, ਇੰਨਾ ਕੁਛ ਪਿਆਜ਼ ਨੂੰ ਭੁੰਨਣਾ ਆ। ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ 2 ਹਰੀਆਂ ਮਿਰਚਾਂ, 10-12 ਕਾਜੂ, 2 ਲਏ ਆ ਟਮਾਟਰ। ਟਮਾਟਰਾਂ ਨੂੰ ਅਸੀਂ ਉਦੋਂ ਤੱਕ ਭੁੰਨਣਾ ਆ ਜਦੋਂ ਤੱਕ ਟਮਾਟਰ ਪੂਰੇ ਤਰੀਕੇ ਦੇ ਨਾਲ ਨਰਮ ਵੀ ਹੋ ਜਾਂਦਾ। 1 ਮਿੰਟ ਤੱਕ ਆਪਾਂ ਟਮਾਟਰਾਂ ਨੂੰ ਭੁੰਨਿਆ ਆ। ਹੁਣ ਅਸੀਂ ਇਹਦੇ ਵਿੱਚ ਮਸਾਲੇ ਪਾ ਦੇਣਗੇ। 1/4 ਹਿੱਸਾ ਚਮਚੇ ਦਾ ਪਾਵਾਂਗੇ ਹਲਦੀ ਪਾਊਡਰ, 1/2 ਚਮਚਾ ਲਾਲ ਮਿਰਚ, 1/2 ਚਮਚਾ ਜੀਰੇ ਦਾ ਪਾਊਡਰ। ਜੀਰੇ ਨੂੰ ਆਪਾਂ ਭੁੰਨ ਕੇ ਫਿਰ ਇਹਦਾ ਪਾਊਡਰ ਬਣਾਇਆ ਹੈ। 8-10 ਕਾਲੀਆਂ ਮਿਰਚਾਂ, 1/4 ਹਿੱਸਾ ਚਮਚੇ ਦਾ ਕਸ਼ਮੀਰੀ ਲਾਲ ਮਿਰਚ ਪਾਊਡਰ। ਕਸ਼ਮੀਰੀ ਲਾਲ ਮਿਰਚ ਪਾਊਡਰ ਜ਼ਿਆਦਾ ਨਹੀਂ ਪਾਣੀ, ਥੋੜ੍ਹੀ ਜਿਹੀ ਪਾਣੀ। ਇੱਕ ਮਿੰਟ ਤੱਕ ਮਸਾਲਿਆਂ ਨੂੰ ਭੁੰਨ ਲਿਆ। ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ 1 ਕੱਪ ਗਰਮ ਪਾਣੀ। ਪਾਣੀ ਬਹੁਤ ਜ਼ਿਆਦਾ ਨਹੀਂ ਪਾਉਣਾ, ਸਿਰਫ 1 ਕੱਪ ਪਾਉਣਾ ਆ, ਉਹ ਵੀ ਛੋਟਾ ਕੱਪ ਹੋਣਾ ਚਾਹੀਦਾ ਆ। ਸੇਕ ਨੂੰ ਤੇਜ਼ ਕਰ ਦਾਂਗੇ। ਮਸਾਲਿਆਂ ਨੂੰ 5-7 ਮਿੰਟ ਲਈ ਪਕਾ ਲਾਂਗੇ। ਮਸਾਲਾ ਹੋ ਗਿਆ ਤਿਆਰ ਪੱਕ ਕੇ। ਜਿਹੜੇ ਬਸ ਟਮਾਟਰਾਂ ਦੇ ਮੋਟੇ ਟੁਕੜੇ ਆ ਇਹਨਾਂ ਨੂੰ ਅਸੀਂ ਥੋੜ੍ਹਾ ਦੱਬ ਲੈਣਾ ਆ। ਗੈਸ ਬੰਦ ਕਰ ਦਾਂਗੇ। ਮਸਾਲੇ ਨੂੰ ਕਰਾਂਗੇ ਚੰਗੇ ਤਰੀਕੇ ਦੇ ਨਾਲ ਠੰਡਾ। ਉਸ ਤੋਂ ਬਾਅਦ ਇਹਨੂੰ ਆਪਾਂ ਮਿਕਸੀ ਦੇ ਵਿੱਚ ਪਾ ਕੇ ਪੀਸ ਲਾਂਗੇ। ਮਸਾਲਿਆਂ ਨੂੰ ਪੂਰੀ ਤਰ੍ਹਾਂ ਠੰਡਾ ਕਰਨ ਤੋਂ ਬਾਅਦ ਇਹਨਾਂ ਨੂੰ ਪੀਸਣ ਤੋਂ ਪਹਿਲਾਂ ਮੋਟੀ ਇਲਾਇਚੀ ਦਾ ਛਿਲਕਾ, ਦਾਲਚੀਨੀ ਦਾ ਟੁਕੜਾ ਇਹ ਆਪਾਂ ਬਾਹਰ ਕੱਢ ਦੇਣੇ ਆ। ਮਸਾਲੇ ਨੂੰ ਪੀਸਣ ਟਾਈਮ ਥੋੜ੍ਹਾ ਜਿਹਾ ਆਪਾਂ ਇਹਦੇ ਵਿੱਚ ਪਾਣੀ ਪਾ ਲਾਂਗੇ। 1/2 ਕੱਪ ਪਾਵਾਂਗੇ ਗਰਮ ਪਾਣੀ। ਇਹਨੂੰ ਹੁਣ ਅਸੀਂ ਪੀਸ ਲੈਣਾ। ਪੀਸੇ ਹੋਏ ਮਸਾਲੇ ਨੂੰ ਆਪਾਂ ਡੋਂਗੇ ਦੇ ਵਿੱਚ ਕੱਢ ਦੇਣਾ ਆ। ਚਾਹੇ ਤੁਸੀਂ ਇਹਨੂੰ ਛਾਣ ਕੇ ਪਾ ਸਕਦੇ ਹੋ ਜਾਂ ਤੁਸੀਂ ਇਹਨਾਂ ਨੂੰ ਐਦਾਂ ਪਾ ਲੈਣਾ।
ਕਿਉਂਕਿ ਸਾਬਤੇ ਮਸਾਲੇ ਜਿਹੜੇ ਸੀ ਉਹ ਆਪਾਂ ਬਾਹਰ ਕੱਢ ਲਏ, ਇਸ ਕਰਕੇ ਛਾਣਨ ਦੀ ਸਾਨੂੰ ਲੋੜ ਨਹੀਂ। ਜੇ ਤੁਸੀਂ ਮਸਾਲੇ ਬਾਹਰ ਨਾ ਕੱਢੋ ਫਿਰ ਤੁਸੀਂ ਇਹਨੂੰ ਛਾਣ ਸਕਦੇ ਹੋ। ਥੋੜ੍ਹਾ ਜਿਹਾ ਪਾਣੀ ਪਾ ਕੇ ਸਾਰਾ ਮਸਾਲਾ ਆਪਾਂ ਉਤਾਰ ਲਿਆ। ਹੁਣ ਆਪਾਂ ਮੇਥੀ ਭੁੰਨ ਕੇ ਤਿਆਰ ਕਰਦੇ। ਉਸੇ ਫਰਾਈਪੈਨ ਨੂੰ ਆਪਾਂ ਸਾਫ਼ ਕਰਕੇ ਲੈ ਲਿਆ। ਇੱਕ ਚਮਚਾ ਪਾ ਦਾਂਗੇ ਤੇਲ ਦਾ, ਦੋ ਚਮਚੇ ਪਾ ਦਾਂਗੇ ਮੱਖਣ। ਮੱਖਣ ਨੂੰ ਕਦੇ ਵੀ ਇਕੱਲਾ ਨਹੀਂ ਵੀ ਇੱਦਾਂ ਤੁਸੀਂ ਪਕਾਉਣਾ, ਉਹਦੇ ਵਿੱਚ ਤੇਲ ਜਾਂ ਦੇਸੀ ਘਿਓ ਥੋੜ੍ਹਾ ਜਿਹਾ ਜ਼ਰੂਰ ਪਾਉਣਾ ਆ। ਹੁਣ ਇਹਨੂੰ ਅਸੀਂ ਗਰਮ ਕਰ ਲੈਣਾ। ਅੱਧਾ ਚਮਚਾ ਪਾ ਦਾਂਗੇ ਜੀਰੇ ਦਾ, ਇੱਕ ਹਰੀ ਮਿਰਚ ਬਰੀਕ ਕੱਟ ਕੇ ਲਈ ਹੈ, ਇੱਕ ਚਮਚਾ ਬਰੀਕ ਕੱਟਿਆ ਲਸਣ। ਭੁੰਨ ਲਾਂਗੇ ਨਾਲ ਲਸਣ ਤਿਆਰ ਆ ਭੁੰਨ ਕੇ, ਮੇਥੀ ਪਾ ਦੇਣੀ। ਚਾਰ ਤੋਂ ਪੰਜ ਮਿੰਟ ਤੱਕ ਆਪਾਂ ਮੇਥੀ ਨੂੰ ਪਕਾਉਣਾ ਆ। ਮੇਥੀ ਦੇ ਵਿੱਚ ਕੁੜੱਤਣ ਹੁੰਦੀ ਆ ਜਿਹੜੀ, ਉਹ ਭੁੰਨਣ ਦੇ ਨਾਲ ਖਤਮ ਹੋ ਜਾਊਗੀ। ਮੇਥੀ ਭੁੰਨ ਹੋ ਗਈ, ਬਹੁਤ ਵਧੀਆ ਖੁਸ਼ਬੂ ਮੇਥੀ ਦੀ ਆਉਣੀ ਸ਼ੁਰੂ ਹੋ ਗਈ ਆ। ਹੁਣ ਅਸੀਂ ਇਹਦੇ ਵਿੱਚ ਹਰੇ ਮਟਰ ਪਾ ਦੇਣਗੇ। ਹਰੇ ਮਟਰ ਤੁਸੀਂ ਉਬਾਲ ਕੇ ਵੀ ਪਾ ਸਕਦੇ ਹੋ ਜਾਂ ਮੇਥੀ ਦੇ ਵਿੱਚ ਹੀ ਇੱਦਾਂ ਭੁੰਨ ਸਕਦੇ ਹੋ। ਇੱਕ ਕੌਲੀ ਹਰੇ ਮਟਰ ਲਏ ਸੀ, ਚਾਰ ਤੋਂ ਪੰਜ ਮਿੰਟ ਤੱਕ ਹਰੇ ਮਟਰ ਨੂੰ ਅਸੀਂ ਭੁੰਨਾਂਗੇ। ਦੋ ਕੁ ਮਿੰਟ ਵਾਸਤੇ ਆਪਾਂ ਇਹਨੂੰ ਇੱਦਾਂ ਖੁੱਲ੍ਹਾ ਹੀ ਪਕਾਇਆ ਆ। ਮੇਥੀ ਦੀ ਜਿੰਨੀ ਵੀ ਕੁੜੱਤਣ ਸੀ ਸਾਰੀ ਨਿਕਲ ਗਈ ਆ। ਹੁਣ ਅਸੀਂ ਇਹਨੂੰ ਉੱਪਰੋਂ ਦੀ ਢੱਕ ਦਾਂਗੇ, ਤਿੰਨ ਚਾਰ ਮਿੰਟ ਲਈ ਹੋਰ ਪੱਕਣ ਦੇਵਾਂਗੇ ਤਾਂ ਕਿ ਮਟਰ ਛੇਤੀ ਨਰਮ ਪੈ ਜਾਣ। ਮਟਰ ਤਿਆਰ ਆ ਪੱਕ ਕੇ। ਇਹ ਸਬਜ਼ੀ ਬਹੁਤ ਜ਼ਿਆਦਾ ਸਵਾਦ ਬਣਦੀ ਆ, ਤੁਸੀਂ ਇਹਨੂੰ ਜ਼ਰੂਰ ਇੱਕ ਵਾਰੀ ਬਣਾ ਕੇ ਦੇਖਿਓ। ਹੁਣ ਇਹਦੇ ਵਿੱਚ ਆਪਾਂ ਗ੍ਰੇਵੀ ਪਾ ਦੇਣੀ। ਸੇਕ ਮੀਡੀਅਮ ਰੱਖਾਂਗੇ, ਮੀਡੀਅਮ ਸੇਕ ਦੇ ਉੱਪਰ ਚਾਰ ਤੋਂ ਪੰਜ ਮਿੰਟ ਤੱਕ ਪੱਕਣ ਦੇਵਾਂਗੇ। ਮਸਾਲਾ ਚੰਗੇ ਤਰੀਕੇ ਦੇ ਨਾਲ ਭੁੰਨ ਕੇ ਤਿਆਰ ਆ। ਗ੍ਰੇਵੀ ਦੇਖੋ ਪੱਕਣ ਦੇ ਨਾਲ ਕਾਫੀ ਜ਼ਿਆਦਾ ਗਾੜੀ ਹੋ ਗਈ। ਮਟਰ ਵੀ ਇੱਕਦਮ ਨਰਮ ਪੈ ਗਏ ਆ, ਮਟਰ ਆਪਾਂ ਚੈੱਕ ਕਰ ਲੈਣੇ ਆ। ਗ੍ਰੇਵੀ ਨੂੰ ਹੁਣ ਅਸੀਂ ਥੋੜ੍ਹਾ ਜਿਹਾ ਪਤਲਾ ਕਰਨਾ ਆ। ਪਤਲਾ ਕਰਨ ਲਈ ਇਹਦੇ ਵਿੱਚ ਤੁਸੀਂ ਪਾਣੀ ਵੀ ਪਾ ਸਕਦੇ ਹੋ ਅਤੇ ਦੁੱਧ ਪਾਉਣਾ ਚਾਹੋ ਦੁੱਧ ਵੀ ਪਾ ਸਕਦੇ ਹੋ। ਮੈਂ ਇਹਦੇ ਵਿੱਚ ਦੁੱਧ ਦਾ ਇਸਤੇਮਾਲ ਕਰਨ ਲੱਗੀ ਹਾਂ। ਜਦੋਂ ਵੀ ਤੁਸੀਂ ਕਿਸੇ ਸਬਜ਼ੀ ਦੇ ਵਿੱਚ ਦੁੱਧ ਪਾਉਣਾ ਆ ਅਤੇ ਦੁੱਧ ਨੂੰ ਤੁਸੀਂ ਸਿੱਧਾ ਨਹੀਂ ਪਾਉਣਾ, ਜੇ ਆਪਾਂ ਦੁੱਧ ਪਾਉਂਦੇ ਹਾਂ ਸਿੱਧਾ ਹੀ ਤਾਂ ਕਈ ਵਾਰੀ ਹੁੰਦਾ ਕਿ ਦੁੱਧ ਫਟ ਜਾਂਦਾ ਆ। ਆਪਾਂ ਦੋ ਤਿੰਨ ਚਮਚੇ ਗ੍ਰੇਵੀ ਦੇ ਲੈ ਲੈਣੇ ਆ, ਦੁੱਧ ਦੇ ਵਿੱਚ ਚੰਗੇ ਤਰੀਕੇ ਦੇ ਨਾਲ ਮਿਲਾ ਲੈਣੇ ਆ। ਜੇ ਆਪਾਂ ਇਸ ਤਰੀਕੇ ਦੇ ਨਾਲ ਦੁੱਧ ਦਾ ਇਸਤੇਮਾਲ ਕਰਾਂਗੇ ਸਬਜ਼ੀ ਦੇ ਵਿੱਚ, ਕਦੀ ਵੀ ਦੁੱਧ ਤੁਹਾਡਾ ਫਟੂਗਾ ਨਹੀਂ। ਅਤੇ ਲੂਣ ਆਪਾਂ ਪਾਇਆ ਨਹੀਂ ਸੀ, ਜੇ ਦੁੱਧ ਤੁਸੀਂ ਪਾਉਣਾ ਹੋਵੇ ਤਾਂ ਲੂਣ ਤੁਸੀਂ ਫਿਰ ਅਖੀਰ 'ਤੇ ਪਾਉਣਾ ਆ। ਗ੍ਰੇਵੀ ਨੂੰ ਬਣਾਉਣ ਲੱਗੇ ਮੈਂ ਕਾਜੂ ਦਾ ਇਸਤੇਮਾਲ ਕੀਤਾ ਸੀ। ਜੇ ਤੁਸੀਂ ਕਾਜੂ ਨਹੀਂ ਪਾਉਣਾ ਚਾਹੁੰਦੇ ਤਾਂ ਕਾਜੂ ਦੀ ਜਗ੍ਹਾ 'ਤੇ ਤੁਸੀਂ ਮੂੰਗਫਲੀ ਦੇ ਦਾਣੇ ਵੀ ਪਾ ਸਕਦੇ ਹੋ। ਢਾਬੇ ਵਾਲੇ ਜਿਹੜੇ ਸਬਜ਼ੀ ਬਣਾ ਕੇ ਤਿਆਰ ਕਰਦੇ ਆ ਉਹ ਮੂੰਗਫਲੀ ਦੇ ਦਾਣਿਆਂ ਦਾ ਹੀ ਇਸਤੇਮਾਲ ਕਰਦੇ ਆ।
ਮੂੰਗਫਲੀ ਦੇ ਦਾਣਿਆਂ ਦਾ ਸਵਾਦ ਵੀ ਉਦਾਂ ਦਾ ਹੀ ਆਉਂਦਾ ਆ ਜਿਵੇਂ ਦਾ ਕਾਜੂ ਦਾ ਹੁੰਦਾ ਹੈ। ਦੁੱਧ ਪਾਉਣ ਤੋਂ ਬਾਅਦ ਸਬਜ਼ੀ ਦੇ ਵਿੱਚ ਉਬਾਲਾ ਆ ਗਿਆ, ਦੁੱਧ ਦੇਖੋ ਬਿਲਕੁਲ ਵੀ ਨਹੀਂ ਫਟਿਆ। ਹੁਣ ਆਪਾਂ ਇਹਦੇ ਵਿੱਚ ਪਾਉਣਾ ਲੂਣ। ਲੂਣ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਪਾਉਣਾ ਆ। ਮੈਂ ਅੱਧਾ ਛੋਟਾ ਚਮਚਾ ਲੂਣ ਦਾ ਪਾਇਆ ਆ, ਅੱਧਾ ਛੋਟਾ ਚਮਚਾ ਗਰਮ ਮਸਾਲਾ ਮਿਲਾਦਾ। ਅਖੀਰ ਦੇ ਵਿੱਚ ਹੁਣ ਆਪਾਂ ਪਾਵਾਂਗੇ ਸਭ ਤੋਂ ਮੇਨ ਚੀਜ਼ ਜਿਹੜੀ ਕਿ ਸਬਜ਼ੀ ਦੀ ਜਾਨ ਆ। ਹੁਣ ਅਸੀਂ ਪਾਣੀ ਇਹ 'ਚ ਮਲਾਈ। ਮਲਾਈ ਤੁਸੀਂ ਤਾਜ਼ੀ ਲੈਣੀ ਆ ਅਤੇ ਜਾਂ ਤੁਸੀਂ ਇੱਕ ਦੋ ਦਿਨ ਪੁਰਾਣੀ ਮਲਾਈ ਦਾ ਇਸਤੇਮਾਲ ਵੀ ਕਰ ਸਕਦੇ ਹੋ। ਅੱਧੀ ਕੌਲੀ ਮੈਂ ਤਾਜ਼ੀ ਮਲਾਈ ਲਈ ਆ। ਮਲਾਈ ਦੀ ਜਗ੍ਹਾ 'ਤੇ ਤੁਸੀਂ ਕਰੀਮ ਦਾ ਇਸਤੇਮਾਲ ਨਹੀਂ ਕਰਨਾ, ਨਹੀਂ ਸਬਜ਼ੀ ਦਾ ਉਹ ਸਵਾਦ ਨਹੀਂ ਆਉਣਾ ਜਿਹੜਾ ਮਲਾਈ ਪਾਉਣ ਦੇ ਨਾਲ ਆਉਂਦਾ ਆ। ਮਲਾਈ ਨੂੰ ਪਾਉਣ ਤੋਂ ਬਾਅਦ ਇਹਨੂੰ ਅਸੀਂ ਚੰਗੇ ਤਰੀਕੇ ਦੇ ਨਾਲ ਮਿਲਾ ਦੇਣਾ ਆ ਅਤੇ 2 ਮਿੰਟ ਵਾਸਤੇ ਪਕਾਵਾਂਗੇ। ਸਬਜ਼ੀ ਇੰਨੀ ਜ਼ਿਆਦਾ ਹੀ ਸਵਾਦ ਬਣ ਕੇ ਤਿਆਰ ਹੁੰਦੀ ਆ। ਮੌਸਮ ਨਾ ਚਲੇ ਜਾਵੇ ਮੇਥੀ ਦਾ, ਤੁਸੀਂ ਇਹਨੂੰ ਜ਼ਰੂਰ ਬਣਾ ਕੇ ਦੇਖਿਓ। ਇਹਨੂੰ ਤੁਸੀਂ ਪਰੌਂਠੇ ਦੇ ਨਾਲ, ਰੋਟੀ ਦੇ ਨਾਲ, ਨਾਨ ਦੇ ਨਾਲ ਬਣਾ ਕੇ ਖਾਓਗੇ ਤਾਂ ਬਹੁਤ ਜ਼ਿਆਦਾ ਸਵਾਦ ਲੱਗੂਗੀ। ਮਲਾਈ ਪਾਉਣ ਤੋਂ ਬਾਅਦ 2 ਮਿੰਟ ਤੱਕ ਆਪਾਂ ਸਬਜ਼ੀ ਨੂੰ ਪਕਾ ਲਿਆ ਅਤੇ ਸਬਜ਼ੀ ਦਾ ਰੰਗ ਵੀ ਬਹੁਤ ਜ਼ਿਆਦਾ ਵਧੀਆ ਆਇਆ ਹੈ। ਸਬਜ਼ੀ ਤਿਆਰ ਆ ਸਾਡੀ ਬਣ ਕੇ। ਗੈਸ ਆਪਾਂ ਬੰਦ ਕਰ ਦੇਣੀ ਆ, ਸਬਜ਼ੀ ਨੂੰ ਆਪਾਂ ਡੋਂਗੇ 'ਚ ਕੱਟ ਲਾਂਗੇ। ਹੁਣ ਅਸੀਂ ਥੋੜ੍ਹੇ ਜਿਹੇ ਮੱਖਣ ਦੇ ਵਿੱਚ ਕਸ਼ਮੀਰੀ ਲਾਲ ਮਿਰਚ ਪਾਊਡਰ ਪਾਈ ਆ ਇਸ ਤਰੀਕੇ ਦੇ ਨਾਲ, ਉੱਤੋਂ ਦੀ ਆਪਾਂ ਇਹਨੂੰ ਸਜਾਉਣਾ ਹੈ। ਥੋੜ੍ਹੀ ਜਿਹੀ ਪਾ ਦਾਂਗੇ ਕਰੀਮ। ਮੇਥੀ ਮਟਰ ਮਲਾਈ ਢਾਬਾ ਸਟਾਈਲ ਤਿਆਰ ਆ ਬਣ ਕੇ, ਬਹੁਤ ਵਧੀਆ ਬਣ ਕੇ ਤਿਆਰ ਹੋਈ ਆ। ਤੁਸੀਂ ਇਹਨੂੰ ਇਸੇ ਤਰੀਕੇ ਦੇ ਨਾਲ ਬਣਾ ਕੇ ਖਾਇਓ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ। ਚੈਨਲ 'ਤੇ ਜੇ ਪਹਿਲੀ ਵਾਰੀ ਆ ਕੇ ਵੀਡੀਓ ਦੇਖਦੇ ਪਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।